ਪਾਲਾ ਰੋਟੀ ਪਹਿਲਾਂ ਮੈਂ ਕਿਹਾ ਸੀਗਾ, ਮੈਂ ਜਿੰਨੇ ਰੋਟੀ ਖਾਣੀ ਹੁਣ ਦੱਸ ਦਿਓ, ਮੈਨੂੰ ਭੁੱਖ ਲੱਗੀ, ਹੁਣ ਮੈਨੂੰ ਖਾ ਲੈਂਦੋ, ਫਿਰ ਮੈਂ ਤੈਨੂੰ ਪਾ ਕੇ ਆਹ ਬਥੇਰਾ ਪਿਆ ਸਾਗ ਕੁੜੇ ਲੱਸੀ ਬਣਾਉਣੇ। ਅਹੇ ਕਿੱਧਰ ਆ ਗਏ ਨਿਆਣੇ, ਬੂਹਾਂ ਤਾਂ ਢੋਲਿਆ ਕਰੋ, ਆ ਜਾਓ ਭੈਣ ਜੀ ਆ ਜਾਓ। ਹੈਂ ਮੈਂ ਰੋਟੀ ਖਾਣ ਡਈ ਮੈਂ ਸਾਗ ਨਾ। ਹਾਂਜੀ ਤੁਸੀਂ ਸਾਗ ਲੈਣਾ? ਅੱਛਾ ਕਿੰਨਾ ਕੁ? ਹਾਏ ਹਾਏ ਭਾਜੀ ਐਡਾ ਵੱਡਾ ਕੌਲਾ ਚੁੱਕ ਲਿਆਈ ਆ ਮੈਂ ਤਾਂ ਸਾਗ, ਤਾਂ ਮੈਂ ਦੱਸਾਂ ਥੋੜ੍ਹਾ ਜਿਹਾ ਬਣਾਇਆ ਸੀ। ਆਹੋ ਅਤੇ ਭੋਰਾ ਕੁ ਮੈਂ ਲੈ ਲਿਆ ਅਤੇ ਭੋਰਾ ਕੁ ਸ਼ਬਦ ਭੱਪ ਲਈ ਰੱਖਿਆ ਉਹਨੇ, ਹਜੇ ਖਾਣੀ ਰੋਟੀ। ਆਹ ਜੇ ਤੂੰ ਖਾਣੀ ਤਾਂ ਮੈਂ ਭੋਰਾ ਪਾ ਦਿੰਦੀ ਰੋਟੀ 'ਤੇ ਰੱਖ ਦਿੰਦੀ। ਹੈ ਨਹੀਂ ਖਾਣੀ? ਇੰਨਾ ਨਹੀਂ ਭਾਜੀ ਹੈਗਾ ਸਾਗ, ਕੱਲ੍ਹ ਫਿਰ ਖਾ ਲਿਆ ਨਿਆਣਿਆਂ ਨੇ, ਸਵਾਦ ਲੱਗਾ, ਸਵਾਦ ਸਵਾਦ 'ਚ ਖਾ ਲਿਆ ਅਗਲਿਆਂ ਨੇ ਅਤੇ ਹੋਰ। ਆਹ ਚੱਲ ਫਿਰ ਜਾ ਫਿਰ। ਵਾਧੀ ਹੋ ਗਈ ਮੈਂ ਕਹਿੰਦੀ ਕਿਤੇ, ਹੈਂ ਐਡਾ ਵੱਡਾ ਵੱਡਾ ਕੋਲਾ ਚੁੱਕ ਲਿਆਂਦਾ, ਹੈਂ ਮੈਂ ਰਾਤ ਨੂੰ ਫਿਰ ਕਦੇ ਰੋਟੀ ਬਣਾਊਂਗੀ? ਮਾਈ ਸਬਜ਼ੀ ਕਦੋਂ ਬਣਾਊ? ਮੈਂ ਨਹੀਂ ਬਣਾਉਣੀ ਰਾਤ ਨੂੰ ਸਬਜ਼ੀ ਹੁਣ। ਆਹ ਕੱਲ੍ਹ ਸਾਰਾ ਦਿਨ ਲਾ ਕੇ ਮੈਂ ਸਾਗ ਦੇ ਮਗਰ ਹੀ ਲੱਗੀ ਰਹੀ। ਹੈਂ ਦੋ ਲੱਕੜਾਂ ਮੋਟੀਆਂ ਮੋਟੀਆਂ ਬਾਲੀਆਂ ਅਤੇ ਕਿਤੇ ਮੈਂ ਅਦਕਰ ਅਤੇ ਕਿਤੇ ਲਸਣ ਅਤੇ ਮੈਂ ਗੰਢਾ ਖੁੱਲ੍ਹਾ ਪਾਉਂਦੀ ਨਹੀਂ ਮੈਂ ਸਾਗ 'ਚ, ਫਿਰ ਜਾ ਕੇ ਸਾਗ ਬਣਿਆ। ਹੈਂ ਸਾਰਾ ਦਿਨ ਕੱਲ੍ਹ ਮੇਰੇ ਚੁੱਲ੍ਹੇ 'ਚ ਹੀ ਲੰਘ ਗਿਆ, ਇਹ ਆ ਜਾਂਦੇ ਵੱਡੇ ਵੱਡੇ ਕੋਲੇ ਲੈ ਗਏ ਸਾਗ ਦੇ ਦੋ। ਹਾਂਜੀ ਹੁੰਦੀ ਕਿਤੇ ਮੈਂ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ ਨਾ ਮੈਂ ਸਾਗ ਬਣਾਇਆ ਅੱਜ। ਇਹਨਾਂ ਦੇ ਭਾਅ ਐਵੇਂ ਬਣ ਜਾਂਦਾ ਸਾਗ।